ਦੇ ਵਿੱਚ ਕੁਛ ਐਕਸਟੋਰਸ਼ਨ ਕਾਲਸ ਵੀ ਇਹ ਮੰਨੇ ਨੇ ਅਤੇ ਉਹ ਡਿਟੇਲ ਜਿਹੜੀ ਹੈਗੀ ਆ ਉਹ ਵੀ ਅਸੀਂ ਪੁੱਛ ਰਹੇ ਹਾਂ ਇਹਨਾਂ ਤੋਂ ਪੁੱਛਗਿੱਛ ਦੌਰਾਨ ਲੈ ਕੇ ਆਵਾਂਗੇ ਔਨ ਰਿਕਾਰਡ ਕਿ ਕਿਹੜੇ ਕਿਹੜੇ ਉਹਨਾਂ ਨੂੰ ਐਕਸਟੋਰਸ਼ਨ ਕਾਲਸ ਕਰ ਰਹੇ ਸਨ। ਫਿਲਹਾਲ ਤਾਂ ਇਹੀ ਕਹਿ ਰਹੇ ਨੇ ਕਿ ਸਾਡਾ ਆਪਣਾ ਹੀ ਗੈਂਗ ਹੈ, ਕਿਸੇ ਵੱਡੇ ਗੈਂਗ ਨਾਲ ਸੰਬੰਧ ਨਹੀਂ ਹੈ, ਪਰ ਕਿਉਂਕਿ ਇਟਸ ਟੂ ਅਰਲੀ ਟੂ ਸੇ, ਸਾਡੀ ਹਜੇ ਪੁੱਛਗਿੱਛ ਜਾਰੀ ਹੈ ਅਤੇ ਜੇ ਕੋਈ ਇਹੋ ਜਿਹੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਹ ਵੀ ਸ਼ੇਅਰ ਕਰਾਂਗੇ। ਨਹੀਂ, ਇਹ ਦੋ ਦੇ ਨਾਲ ਇਹ ਤਾਂ ਮੇਨ ਬੰਦੇ ਸੀਗੇ ਗੈਂਗ ਦੇ, ਇਹਨਾਂ ਦੇ ਦੋ ਤਿੰਨ ਸਾਥੀ ਹੋਰ ਵੀ ਨੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਲੱਗ ਗਏ ਨੇ ਅਤੇ ਉਹਨਾਂ ਦੇ ਵੀ ਸਾਡੀ ਰੇਡਿੰਗ ਪਾਰਟੀਜ਼ ਆਲਰੇਡੀ ਮੂਵ ਹੋ ਚੁੱਕੀ ਹੈ। ਸਰ ਇਹ ਪਾਰਟੀਕੁਲਰ ਅੱਜ ਦਾ ਪੇਸ਼ ਹੈ ਸਰ, ਪਹਿਲਾਂ ਵੀ ਲਗਾਤਾਰ ਇਸ ਤਰ੍ਹਾਂ ਦਾ ਜਿਹੜਾ ਇਹ ਇਲਾਕਾ ਚੁਣਿਆ ਜਾਂਦਾ ਗੈਂਗਸਟਰਾਂ ਵੱਲੋਂ, ਚਾਹੇ ਜੀਰਕਪੁਰਾ ਦੇ ਟ੍ਰਾਈ ਸਿਟੀ ਦੇ ਅਰਾਊਂਡ ਜਿਹੜੇ ਸ਼ਹਿਰ ਹੈਗੇ ਨੇ, ਉਹਦੇ ਵਿੱਚ ਇਨਵੈਸਟੀਗੇਸ਼ਨ ਨੂੰ ਲੈ ਕੇ ਕਿ ਇਹ ਇੱਥੇ ਸਟੇਅ ਨਾ ਕਰ ਸਕਣ, ਇੱਥੇ ਰਹਿ ਨਾ ਸਕਣ, ਇਸ ਤਰ੍ਹਾਂ ਦਾ ਵੀ ਕੋਈ ਪੁਲਿਸ ਐਕਸ਼ਨ ਹੈਗਾ ਜੀ? ਨਹੀਂ, ਦੇਖੋ ਮੈਂ ਤਾਂ ਇਹ ਕਹਿੰਦਾ ਕਿ ਜਿਹੜੀ ਡਿਟੈਕਸ਼ਨ ਇਜ਼ ਦਾ ਬੈਸਟ ਡਿਟਰੈਂਸ, ਤਾਂ ਇਹ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਜ਼ੀਰਕਪੁਰ ਖਰੜ ਦੇ ਇਲਾਕੇ ਨੇ ਇਹ ਕੰਜੈਸਟਿਡ ਏਰੀਆਜ਼ ਹੈਗੇ ਨੇ, ਵੱਡੇ ਸ਼ਹਿਰਾਂ ਦੇ ਵਿੱਚ ਕੁਛ ਕੁਛ ਏਰੀਆਜ਼ ਹੁੰਦੇ ਕੰਜੈਸਟਿਡ ਜਿਹੜੇ ਹੁੰਦੇ ਆ, ਅਤੇ ਉਹ ਅਨੋਨਿਮਿਟੀ ਪ੍ਰੋਵਾਈਡ ਕਰਦੇ ਕ੍ਰਿਮੀਨਲ ਨੂੰ, ਅਤੇ ਕ੍ਰਿਮੀਨਲ ਦੀ ਟੈਂਡੈਂਸੀ ਹੁੰਦੀ ਉੱਥੇ ਲੁਕਣ ਦੀ, ਅਤੇ ਕੋਈ ਨਵੀਂ ਚੀਜ਼ ਨਹੀਂ ਹੈ, ਬਹੁਤ ਸਾਲਾਂ ਤੋਂ ਇੱਥੇ ਕਰ ਰਹੇ ਨੇ, ਬਲਕਿ ਪਿਛਲੇ ਇੱਕ ਡੇਢ ਸਾਲ ਤੋਂ ਅਸੀਂ ਲੋਕਾਂ ਨਾਲ ਕਾਫੀ ਜਿਹੜੇ ਜੁੜਨਾ ਸ਼ੁਰੂ ਕੀਤਾ, WAS ਨੂੰ ਇਨਵੋਲਵ ਕਰਨਾ ਸ਼ੁਰੂ ਕੀਤਾ, ਅਤੇ ਅਸੀਂ ਉਹਨਾਂ ਨੂੰ ਇਨਕਰੇਜ ਕਰਦੇ ਹਾਂ ਕਿ ਕੋਈ ਵੀ ਮਾੜਾ ਆਂਸਰ ਹੋਵੇ ਤਾਂ ਸਾਨੂੰ ਇਮੀਡੀਏਟਲੀ ਇਨਫੋਰਮੇਸ਼ਨ ਦੇਣ। ਇਸ ਦੇ ਨਾਲ ਨਾਲ ਟੈਨੈਂਟ ਵੈਰੀਫਿਕੇਸ਼ਨ ਡਰਾਈਵ ਵੀ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ, ਜਿਹੜੀ ਕਿ ਕਾਫੀ ਹੱਦ ਤੱਕ ਹੁਣ ਟੈਨੈਂਟ ਵੈਰੀਫਿਕੇਸ਼ਨ ਕਾਫੀ ਸੁਸਾਇਟੀਜ਼ 'ਚ ਹੋ ਗਈ ਹੈ। ਤਾਂ ਉਹਨਾਂ ਦਾ ਰੀਜ਼ਨ ਇਹ ਹੈ ਕਿ ਉਹਨਾਂ ਦਾ ਫਾਇਦਾ ਸਾਨੂੰ ਇਹ ਹੋ ਰਿਹਾ ਕਿ ਹੁਣ ਜੇ ਕੋਈ ਬੰਦਾ ਇੱਥੇ ਆ ਕੇ ਲੁਕਦਾ ਹੈ ਤਾਂ ਇਮੀਡੀਏਟਲੀ ਸਾਨੂੰ ਕਿਤੇ ਨਾ ਕਿਤੇ ਇਨਫੋਰਮੇਸ਼ਨ ਜਿਹੜੀ ਹੈ ਮਿਲ ਜਾਂਦੀ ਹੈ। ਅਤੇ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇੰਨੇ ਅਰੈਸਟ ਹੋ ਰਹੇ ਨੇ, ਇੰਨੇ ਇਨਕਾਊਂਟਰਸ ਹੋ ਰਹੇ ਨੇ, ਉਹਦਾ ਰੀਜ਼ਨ ਵਨ ਆਫ ਦ ਰੀਜ਼ਨ ਇਹੀ ਹੈ ਕਿ ਸਾਨੂੰ ਰੈਗੂਲਰ ਇਨਫੋਰਮੇਸ਼ਨ ਆ ਰਹੀ ਹੈ, ਅਤੇ ਮੈਂ ਉਮੀਦ ਕਰਦਾ ਛੇਤੀ ਹੀ ਕ੍ਰਿਮੀਨਲਸ ਇਸ ਏਰੀਆ ਤੋਂ ਜਿਹੜਾ ਡਰ ਕੇ ਇੱਥੇ ਲੁਕਣਾ ਜਿਹੜਾ ਹੈ ਬੰਦ ਕਰ ਦੇ। ਇੱਕ ਸਰ ਇਸ ਇਲਾਕੇ ਦੇ ਵਿੱਚ ਪੰਜਾਬ ਹਰਿਆਣੇ ਦੇ ਨੌਜਵਾਨ ਕਾਫੀ ਵੱਡੀ ਗਿਣਤੀ ਦੇ ਵਿੱਚ, ਸਟੂਡੈਂਟ ਵੀ ਹੈਗੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਈ ਵਾਰ ਉਹਨਾਂ ਕੋਲ ਆ ਕੇ ਕੌਣ ਰਹਿ ਰਿਹਾ, ਕਿਸੇ ਨੂੰ ਕਿਸੇ ਥਰੂ ਭੇਜ ਦਿੱਤਾ ਜਾਂਦਾ, ਤਾਂ ਉਹਨਾਂ ਲਈ ਜੇ ਤੁਸੀਂ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਉਹਨਾਂ ਨੂੰ ਕੁਝ ਜਾਣਕਾਰੀ ਦੇਣੀ ਹੋਵੇ ਕਿ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਉਹ ਵੀ ਵਿੱਚ ਘੜੀਸੇ ਜਾਂਦੇ ਨੇ ਕਈ ਵਾਰ, ਉਹਨਾਂ ਨੇ ਸਿਰਫ ਸਪੇਸ ਦਿੱਤੀ ਹੁੰਦੀ ਹੈ ਇੱਕ ਰਹਿਣ ਦੇ ਲਈ। ਨਹੀਂ, ਬਿਲਕੁਲ ਠੀਕ ਗੱਲ ਹੈ ਜੀ, ਤਾਂ ਫਿਰ ਮੈਂ ਤੁਹਾਡੇ ਮਾਧਿਅਮ ਤੋਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੋ ਵੀ ਤੁਸੀਂ ਕਿਸੇ ਨੂੰ ਆਪਦੇ ਕੋਲ ਠਹਿਰਾਉਂਦੇ ਹੋ, ਕੋਈ ਸਪੇਸ ਦਿੰਦੇ ਹੋ, ਤਾਂ ਤੁਹਾਡਾ ਡਾਇਰੈਕਟ ਜਾਣ ਪਹਿਚਾਣ ਦਾ ਹੋਵੇ ਬੰਦਾ ਉਹ, ਤਾਂ ਕਿ ਕੋਈ ਇਹੋ ਜਿਹਾ ਕੋਈ ਅਨਨੋਨ ਬੰਦਾ, ਕ੍ਰਿਮੀਨਲ ਜਿਹੜਾ ਹੈਗਾ ਤੁਹਾਡੇ ਦੋਸਤੀ ਜਾਂ ਰਿਸ਼ਤੇਦਾਰੀ ਦੀ ਆੜ ਦੇ ਵਿੱਚ ਤੁਹਾਡਾ ਨਾ ਰੁਕੇ, ਅਤੇ ਜੇ ਤੁਹਾਨੂੰ 1% ਵੀ ਕੋਈ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ, ਅਤੇ ਮੈਂ ਸ਼ੋਰ ਕਰਦਾ ਹਾਂ ਕਿ ਤੁਹਾਡੀ ਜਿਹੜੀ ਆਈਡੈਂਟੀ ਹੈ ਉਹ ਵੀ ਸੀਕ੍ਰੇਟ ਰੱਖੀ ਜਾਏਗੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਏਗੀ। ਦੇ ਵਿੱਚ ਕੁਛ ਐਕਸਟੋਰਸ਼ਨ ਕਾਲਸ ਵੀ ਇਹ ਮੰਨੇ ਨੇ ਕਿ ਉਹ ਡਿਟੇਲ ਜਿਹੜੀ ਹੈਗੀ ਆ ਉਹ ਵੀ ਅਸੀਂ ਪੁੱਛ ਰਹੇ ਹਾਂ ਇਹਨਾਂ ਤੋਂ ਪੁੱਛਗਿੱਛ ਦੌਰਾਨ ਲੈ ਕੇ ਆਵਾਂਗੇ ਔਨ ਰਿਕਾਰਡ ਕਿ ਕਿਹੜੇ ਕਿਹੜੇ ਉਹਨਾਂ ਨੂੰ ਐਕਸਟੋਰਸ਼ਨ ਕਾਲਸ ਕਰ ਰਹੇ ਸਨ। ਫਿਲਹਾਲ ਤਾਂ ਇਹੀ ਕਹਿ ਰਹੇ ਨੇ ਕਿ ਸਾਡਾ ਆਪਣਾ ਹੀ ਗੈਂਗ ਹੈ, ਕਿਸੇ ਵੱਡੇ ਗੈਂਗ ਨਾਲ ਸੰਬੰਧ ਨਹੀਂ ਹੈ, ਪਰ ਕਿਉਂਕਿ ਇਟਸ ਟੂ ਅਰਲੀ ਟੂ ਸੇ, ਸਾਡੀ ਹਜੇ ਪੁੱਛਗਿੱਛ ਜਾਰੀ ਹੈ, ਅਤੇ ਜੇ ਕੋਈ ਇਹੋ ਜਿਹੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਹ ਵੀ ਸ਼ੇਅਰ ਕਰਾਂਗੇ। ਨਹੀਂ, ਦੋ ਦੇ ਨਾਲ ਇਹ ਤਾਂ ਮੇਨ ਬੰਦੇ ਸੀਗੇ ਗੈਂਗ ਦੇ, ਇਹਨਾਂ ਦੇ ਦੋ ਤਿੰਨ ਸਾਥੀ ਹੋਰ ਵੀ ਨੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਲੱਗ ਗਏ ਨੇ, ਅਤੇ ਉਹਨਾਂ ਦੇ ਵੀ ਸਾਡੀ ਰੇਡਿੰਗ ਪਾਰਟੀਜ਼ ਆਲਰੇਡੀ ਮੂਵ ਹੋ ਚੁੱਕੀ ਹੈ। ਸਰ ਇਹ ਪਾਰਟੀਕੁਲਰ ਅੱਜ ਦਾ ਪੇਸ਼ ਹੈ ਸਰ, ਪਹਿਲਾਂ ਵੀ ਲਗਾਤਾਰ ਇਸ ਤਰ੍ਹਾਂ ਦਾ ਜਿਹੜਾ ਇਹ ਇਲਾਕਾ ਚੁਣਿਆ ਜਾਂਦਾ ਗੈਂਗਸਟਰਾਂ ਵੱਲੋਂ, ਚਾਹੇ ਜੀਰਕਪੁਰਾ ਦੇ ਟ੍ਰਾਈ ਸਿਟੀ ਦੇ ਅਰਾਊਂਡ ਜਿਹੜੇ ਸ਼ਹਿਰ ਹੈਗੇ ਨੇ, ਉਹਦੇ ਵਿੱਚ ਇਨਵੈਸਟੀਗੇਸ਼ਨ ਨੂੰ ਲੈ ਕੇ ਕਿ ਇਹ ਇੱਥੇ ਸਟੇਅ ਨਾ ਕਰ ਸਕਣ, ਇੱਥੇ ਰਹਿ ਨਾ ਸਕਣ, ਇਸ ਤਰ੍ਹਾਂ ਦਾ ਵੀ ਕੋਈ ਪੁਲਿਸ ਐਕਸ਼ਨ ਹੈਗਾ ਜੀ? ਨਹੀਂ, ਦੇਖੋ ਮੈਂ ਤਾਂ ਇਹ ਕਹਿੰਦਾ ਕਿ ਜਿਹੜੀ ਡਿਟੈਕਸ਼ਨ ਇਜ਼ ਦਾ ਬੈਸਟ ਡਿਟਰੈਂਸ, ਤਾਂ ਇਹ ਮੈਂ ਪਹਿਲਾਂ ਵੀ ਦੱਸਿਆ ਕਿ